ਦੁਆਬਾ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਪਿੰਡ ਹਿਆਲਾ ਵਿਖੇ ਹੋਈ। ਅੱਜ ਦੁਆਬਾ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਪਿੰਡ ਹਿਆਲਾ ਗੁਰਦੁਆਰਾ ਭਾਈ ਸਿੰਘ ਵਿਖੇ ਹੋਈ। ਇੱਥੇ ਕੁਲਦੀਪ ਸਿੰਘ ਵਜੀਤਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਅਹਿਮ ਏਜੰਡਿਆਂ 'ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਸੂਬੇ ਦੀ ਕੋਰ ਕਮੇਟੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੇਸ਼ ਕੀਤਾ ਗਿਆ ਏਜੰਡਾ ਅਤੇ ਸਮੂਹ ਕਿਸਾਨਾਂ ਦੀ ਹਾਜ਼ਰੀ 'ਚ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ, ਜਿਸ ਵਿੱਚ ਪਿਪਲੀ ਹਰਿਆਣਾ ਵਿਖੇ 12 ਜੂਨ ਠੀਕ 7 ਵਜੇ ਇੱਕ ਵੱਡਾ ਜੱਥਾ ਰਾਹੋਂ ਤੋਂ ਕਿਸਾਨ ਪੰਚਾਇਤ ਲਈ ਰਵਾਨਾ ਹੋਵੇਗਾ। ਗੰਨੇ ਦੀ ਰਹਿੰਦੀ ਅਦਾਇਗੀ ਲਈ ਨਵਾਂਸ਼ਹਿਰ, ਬੁੱਢੇਵਾਲ, ਮਰਿੰਡਾ ਅਤੇ ਬਾਕੀ ਸਰਕਾਰੀ ਮਿੱਲ ਦੇ ਪ੍ਰਾਈਵੇਟ ਖੰਡ ਮਿੱਲਾਂ ਦੀ ਰਹਿੰਦੀ ਅਦਾਇਗੀ ਨਾ ਹੋਣ 'ਤੇ ਫਗਵਾੜਾ ਚੰਡੀਗੜ੍ਹ ਨੈਸ਼ਨਲ ਹਾਈਵੇ ਵੀਰਵਾਰ ਸਵੇਰੇ 9 ਵਜੇ 15 ਜੂਨ ਮੋਹਾਲੀ ਨਵਾਂਸ਼ਹਿਰ ਤੋਂ 2 ਘੰਟੇ ਰੋਕ ਕੇ ਸਰਕਾਰ ਨੂੰ ਅਲਟੀਮੇਟ ਦਿੱਤਾ ਜਾਵੇਗਾ, ਕਿਉਂਕਿ ਪੰਜਾਬ ਸਰਕਾਰ ਨੇ 15 ਦਿਨ ਦੇ ਅੰਦਰ ਪੇਮੈਂਟ ਵਾਅਦੇ 'ਤੇ ਮੁੱਕਰ ਚੁੱਕੀ ਹੈ, ਜਿਸ ਲਈ ਜਲੰਧਰ, ਭੋਗਪੁਰ, ਜਿਮਨੀ ਚੋਣ ਵਿੱਚ ਖੰਡ ਮਿੱਲਾਂ ਨੂੰ ਵੋਟਾਂ ਦੇ ਲਾਲਚ ਕਰਕੇ ਖੰਡ ਮਿੱਲਾਂ ਦੀ ਪੇਮੈਂਟ ਦਿੱਤੀ ਸੀ ਅਤੇ ਬਾਕੀ ਪੰਜਾਬ ਦੀਆਂ ਖੰਡ ਮਿੱਲਾਂ ਦਾ ਬਕਾਇਆ ਅਜੇ ਵੀ ਬਾਕੀ ਹੈ। ਝੋਨੇ ਦੀ ਸੀਜ਼ਨ ਦੀ 15 ਜੂਨ ਤੋਂ ਨਹਿਰੀ ਪਾਣੀ ਦੇ 10 ਘੰਟੇ ਬਿਜਲੀ ਯਕੀਨੀ ਬਣਾਏ ਜਾਣ ਦੇ ਵੀ ਮੰਗ ਕੀਤੀ ਜਾਵੇਗੀ। ਬਿਜਲੀ ਖੇਤੀ ਟਰਾਂਸਫਾਰਮਰ ਚੋਰੀ ਹੋਣ 'ਤੇ ਉਸ ਦੀ ਪੁਲਿਸ ਰਿਪੋਰਟ ਖੁਦ ਬਿਜਲੀ ਵਿਭਾਗ ਕਰੇ ਅਤੇ ਤੁਰੰਤ ਖੇਤੀ ਟਰਾਂਸਫਾਰਮਰ ਰੱਖੇ ਜਾਣ ਤਾਂ ਜੋ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਜਥੇਦਾਰੀ ਦੀ ਮੈਂਬਰ ਸੰਬੰਧੀ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮੈਂਬਰ ਗੁਰਤੇਜ ਸਿੰਘ ਹਿਆਲਾ, ਮਾਸਟਰ ਕਰਨੈਲ ਸਿੰਘ ਰਾਹੋਂ, ਜਸਕਰਨ ਸਿੰਘ ਭਾਲਟਾ ਅਤੇ ਜਥੇਬੰਦੀ ਦੀ ਹਰ ਮਹੀਨੇ 10 ਤਰੀਕ ਨੂੰ ਮਹੀਨਾਵਾਰ ਮੀਟਿੰਗ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਨ ਦਾ ਫੈਸਲਾ ਲਿਆ ਗਿਆ। ਅਗਲੀ ਜੁਲਾਈ ਮਹੀਨੇ ਦੀ ਮੀਟਿੰਗ ਪਿੰਡ ਡਗਾਮ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗੀ। ਇਸ ਮੌਕੇ ਸੂਬਾ ਕੋਰ ਕਮੇਟੀ ਮੈਂਬਰ ਅਮਰਜੀਤ ਸਿੰਘ ਬੁਰਜ, ਕੁਲਦੀਪ ਸਿੰਘ ਦਿਆਲਾ, ਜਸਵਿੰਦਰ ਸਿੰਘ ਡਗਾਮ, ਲਖਵੀਰ ਸਿੰਘ, ਕੁਲਦੀਪ ਸਿੰਘ ਘਟਾਰੋਂ, ਬਲਕਾਰ ਸਿੰਘ, ਸਾਧਾ ਸਿੰਘ, ਮੁਖਤਿਆਰ ਸਿੰਘ, ਬਲਿਹਾਰ ਸਿੰਘ, ਸੁਖਵੀਰ ਸਿੰਘ, ਗੁਰਬਖਸ਼ ਸਿੰਘ ਜੌਲ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਸੁਖ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਸ਼ਾਮਲ ਸਨ।